ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਮੇਰੀ ਵੀਡੀਓ ਬਹੁਤ ਖਾਸ ਆ। ਜਿੱਦਾਂ ਕਿ ਤੁਸੀਂ ਮੈਨੂੰ ਜਾਣਦੇ ਆ ਕਿ ਮੈਂ ਸਕਾਟਲੈਂਡ ਯੂਕੇ ਦੇ ਵਿੱਚ ਰਹਿੰਦੀ ਆ, ਉੱਥੇ ਐਕਚੁਅਲੀ ਮੈਂ ਗੁਰਦੁਆਰੇ ਦੇ ਵਿੱਚ ਪੰਜਾਬੀ ਪੜ੍ਹਾਉਂਦੀ ਆ ਬੱਚਿਆਂ ਨੂੰ, ਤੇ ਅਸੀਂ ਸਾਰੀਆਂ ਟੀਚਰਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਛੋਟਾ ਜਿਹਾ ਪੰਜਾਬੀ ਵਿਰਸੇ ਦਾ ਪ੍ਰੋਗਰਾਮ ਕੀਤਾ ਆ, ਜਿਹੜਾ ਕਿ ਮੈਂ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕਰਨਾ ਚਾਹੁੰਦੀ ਆ। ਸੋ ਇਹ ਸਾਰੀ ਵੀਡੀਓ ਅੱਜ ਉਹਨਾਂ ਬੱਚਿਆਂ ਦੇ ਨਾਲ ਤੇ ਸਾਰੇ ਟੀਚਰਾਂ ਦੇ ਨਾਲ ਜੋ ਜੋ ਵੀ ਅਸੀਂ ਇੱਥੇ ਪ੍ਰੋਗਰਾਮ ਕੀਤਾ ਸੀ। ਸੋ ਹੋਪ ਮੈਂ ਕਰਦੀ ਹਾਂ ਕਿ ਤੁਸੀਂ ਵੀ ਇੰਜੋਏ ਕਰੋਗੇ। ਸੋ ਆ ਜਾਓ। ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਰੈੱਡ ਲਾਲ ਕਲਰ ਵਿੱਚ, ਔਰ ਇਹਦੇ ਦੁਆਲੇ ਇੱਕ ਸਰਕਲ ਲੱਗ ਰਿਹਾ ਹੈ, ਤੁਸੀਂ ਇਸ ਨੂੰ ਪ੍ਰੈਸ ਕਰਨਾ ਹੈ। ਔਰ ਉਸ ਤੋਂ ਬਾਅਦ ਦੂਸਰੇ ਪਾਸੇ ਜਿਹੜੀ ਬੈੱਲ ਹੈ ਉਹਦੇ ਦੁਆਲੇ ਸਰਕਲ ਲੱਗ ਰਿਹਾ ਹੈ, ਤੁਸੀਂ ਜਿੱਥੇ ਸਰਕਲ ਲੱਗ ਰਿਹਾ ਹੈ ਇੱਕ, ਤੁਸੀਂ ਉਸ ਨੂੰ ਪ੍ਰੈਸ ਕਰਨਾ ਹੈ, ਔਰ ਫਿਰ ਆਲ 'ਤੇ ਪ੍ਰੈਸ ਕਰਨਾ ਹੈ, ਔਰ ਇਸ ਦੇ ਨਾਲ ਤੁਹਾਡਾ ਨੋਟੀਫਿਕੇਸ਼ਨ ਜਿਹੜੀ ਹੈ ਆਲ ਔਨ ਹੋ ਜਾਣਗੀਆਂ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਮਾਂ, ਪਿਆਰੇ ਪਿਆਰੇ ਮੇਰੀ ਮਾਂ, ਠੰਡੀ ਮਿੱਠੀ ਇਸਤੀਸ਼ਾ, ਕਿੰਨਾ ਮੈਨੂੰ ਲੱਤ ਦੇ ਦੋਂਦੀ, ਖੁਸ਼ਰ ਚੁੱਕ ਚੁੱਕ ਖੂਬ ਕਰਾਉਂਦੀ, ਲੋਰੀਆ ਨਾਲ ਸਲਾਉਂਦੀ ਮੈਨੂੰ, ਗਾਗਾ ਗੀਤ ਜਗਾਉਂਦੀ ਮੈਨੂੰ, ਚਿੜੀ ਕਬੂਤਰ ਏਰੋਏ ਖਾਂ, ਮੁਰਮੁਰ ਦੱਸਿਆ ਐਕ ਐਕ ਨਾਂ, ਜੀਰੀ ਹੁੰਦੀ ਰਕਤੀ ਸ਼ਾਹ, ਮਾਂ ਤੋਂ ਗੋਰੀ ਹੁੰਦੀ ਨਾ, ਵਾਦਾ ਦਿਨ ਮੈਂ ਕਿਤ ਚੁਕਾਵਾ, ਹਰ ਪਲ ਆਪਣਾ ਸੀਸ ਚੁਕਾਵਾ, ਦੱਸਿਆ ਮਾਂ ਦੀਆਂ ਚੰਗੀਆਂ ਗੱਲਾਂ, ਉਸ ਤੇ ਮੈਂ ਹਰ ਵੇਲੇ ਚੱਲਾਂ, ਹਰ ਮਾਂ ਦਾ ਨਾਂ ਹੋਵੇ ਉੱਚਾ, ਮਾਂ ਸ਼ਬਦ ਚੋਂ ਡਾਡਾ ਸੱਚਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ਼ਤੀਆਂ ਬਣਾ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜਨਾਬ ਸ੍ਰੀ ਪਹਿਲਾ ਪਹਿਲਾ ਆਰਤੀ ਗਗਨ ਮੈਂ ਚਾਲ ਰਬ ਚੰਦ ਦੀ ਗਗਨ ਤਾਰਕਾ ਮੰਗਲ ਚੰਦੋ ਮਲੇ ਆਨ ਲੋ ਪਵ ਸ਼ਬਦ ਰੋਕੇ ਸਗਨ ਰਾਏ ਕੁਲੰਗ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਸੰਤ ਪੇਰੀ ਸਹਿਸ ਕਵ ਨੈਣ ਨਾਨਾ ਨੈਣ ਹੈ ਹੋਰੀ ਕੋ ਸਹਿਸ ਮੂਰਤ ਨਨਾ ਏਕ ਤੋਰੀ ਸਹਿਸ ਪਦ ਕਮਲ ਨਾ ਏਕ ਪਦ ਚੰਦ ਸਹਿਸ ਕਵ ਚੰਦ ਏਵ ਸ਼ਬਦ ਮੋਰੀ ਸਭ ਮੈਂ ਜੋਤ ਜੋਤ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਪਾਰਸ ਸੁਆਰਤੀ ਹੋਏ ਚਰਨ ਕਮਲ ਮਕਰੰਦ ਆਨੰਦ ਮੋਹਿ ਆਹਿ ਤਿਆਸਾ ਕਿਰਪਾ ਜਲ ਦੇ ਨਾਨਕ ਸਾਰੀ ਹੋਇ ਜਾਤੇ ਤੇਰੇ ਨਾਮ ਪਾਸਾ ਕਿਰਪਾ ਜਲ ਦੇ ਨਾਨਕ ਸਾਰੀ ਹੋਇ ਜਾਤੇ ਤੇਰੇ ਨਾਮ ਪਾਸਾ ਪੱਖੀ ਪੱਖੀ ਦੇ ਵਲੇ ਤੋਂ ਹਵਾ ਝੱਲਣ ਲਈ ਕੀਤੀ ਜਾਂਦੀ ਹੈ। ਇਹ ਲੱਕੜੀ ਦੇ ਡਾਂਚੇ ਤੇ ਬਣਾਈ ਜਾਂਦੀ ਹੈ। ਇਸ ਦੇ ਆਲੇ ਦੁਆਲੇ ਝੱਲ ਲਗਾਈ ਜਾਂਦੀ ਹੈ। ਰੰਗ ਬਿਰੰਗੀਆਂ ਬਣਾਈਆਂ ਪੱਖੀਆਂ ਬਹੁਤ ਸੋਹਣੀਆਂ ਲੱਗਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਟਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਕਾਲੂ ਦਾ ਪੁੱਤਰ ਪਿਆ ਟਪਦਾ ਦੀ ਅਖਤਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਟਪਦਾ ਦੀ ਅਖਤਾ ਤਾਰਾ ਦਰਸ਼ਨ ਨੂੰ ਤਰਸੇ ਰਾਏ ਬੁਲਾਰ ਇੱਕ ਮਸਤਾਨਾ ਜੋਗੀ ਦਰਸ਼ਨ ਨੂੰ ਤਰਸੇ ਰਾਏ ਬੁਲਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਲਾਨੇ ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਲਾਨੇ ਚੱਕੀ ਤਾਂ ਬੋਲੇ ਸਤਿਗੁਰ ਤਾਰ ਇੱਕ ਮਸਤਾਨਾ
ਚੱਕੀ ਤਾਂ ਪਹਿਲੇ ਸਤਿਗੁਰ ਘਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪਾਂਧੇ ਕੋਲ ਪੜ੍ਹਨੇ ਪਾਇਆ ਪਾਂਧੇ ਨੂੰ ਆਪ ਪੜ੍ਹਾਇਆ ਪਾਂਧੇ ਕੋਲ ਪੜ੍ਹਨੇ ਪਾਇਆ ਪਾਂਧੇ ਨੂੰ ਆਪ ਪੜ੍ਹਾਇਆ ਪੱਟੀ ਤੇ ਲਿਖਿਆ ਇੱਕ ਓਂਕਾਰ ਇੱਕ ਮਸਤਾਨਾ ਜੋਗੀ ਪੱਟੀ ਤੇ ਲਿਖਿਆ ਇੱਕ ਓਂਕਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਜੰਗਲਾਂ ਵਿੱਚ ਡੇਰਾ ਲਾ ਕੇ ਪੱਥਰਾਂ ਨੂੰ ਮੂੰਹ ਬਣਾ ਕੇ ਜੰਗਲਾਂ ਵਿੱਚ ਡੇਰਾ ਲਾ ਕੇ ਪੱਥਰਾਂ ਨੂੰ ਮੂੰਹ ਬਣਾ ਕੇ ਪੰਜਾਂ ਤਾਲਾਇਆ ਵਿੱਚ ਪਹਾੜ ਇੱਕ ਮਸਤਾਨਾ ਜੋਗੀ ਪੰਜਾਂ ਤਾਲਾਇਆ ਵਿੱਚ ਪਹਾੜ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪਾਰਵਤੀ ਖੁਰ ਖੁਰ ਕੇ ਠੰਡ ਕੱਕਰ ਵਿੱਚ ਥੁਰ ਥੁਰ ਕੇ ਬੂੰਦ ਬੂੰਦ ਬਣ ਤੁਰ ਤੁਰ ਕੇ ਵਿੱਚ ਦਰਿਆ ਵਾ ਆਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾ ਮੇਥੋ ਹੀ ਬਦਲ ਬਨ ਬਨ ਕੇ ਨੀਂ ਬਰਸਾਉਂਦੇ ਕਣ ਕਣ ਤੇ ਬਨਸਪਤੀ ਹੋਵੇ ਹਰੀ ਪਰੀ ਜਦ ਧਰਤੀ ਵਿੱਚ ਸਮਾਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾ ਕਦੇ ਕਸੀਆ ਵਿੱਚ ਕਦੇ ਕੰਦਰਾ ਵਿੱਚ ਕਦੇ ਨਦੀਆ ਕਦੇ ਸਮੁੰਦਰਾ ਵਿੱਚ ਕਦੇ ਚਰਨੇ ਵਿੱਚ ਪਹਾੜਾਂ ਦੇ ਮੈਂ ਚਰ ਚਰ ਕਰਦਾ ਆਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾ ਕਦੇ ਚਸ਼ਮਿਆਂ ਵਿੱਚ ਕਦੇ ਖੂਹਾਂ ਵਿੱਚ ਕਿਤੇ ਹਰੀਆ ਪਰੀਆ ਜੂਹਾਂ ਵਿੱਚ ਫੁੱਲ ਫਲ ਫਸਲਾਂ ਉਪਜਾਵਣ ਲਈ ਮੈਂ ਧਰਤੀ ਵਿੱਚੋਂ ਆਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾਂ ਮੇਰੇ ਸਕੇ ਹੀ ਇਹ ਪੁਰਾਣੀ ਹੈ ਜੀਵਨ ਨਾਲ ਸਾਂਝ ਪੁਰਾਣੀ ਹੈ ਉਦੋਂ ਖਾਰਾ ਤੱਤਾ ਹੋ ਜਾਵਾ ਜਦੋਂ ਨੈਣ ਦੇ ਵਿੱਚ ਆਉਂਦਾ ਹਾ ਮੈਂ ਸਭ ਦੀ ਲੋ ਜਗਾਉਂਦਾ ਹਾ ਮੈਂ ਸਭ ਦੀ ਪਿਆਸ ਬਚਾਉਂਦਾ ਹਾ ਸਾਡੇ ਘਰ ਆਇਆ ਕਬੂਤਰ ਸਾਡੇ ਘਰ ਆਇਆ ਕਬੂਤਰ ਬੈਠ ਗਿਆ ਉਹ ਕੰਧ ਦੇ ਉੱਪਰ ਅੱਖਾਂ ਬੰਦ ਕਰ ਲੱਗਾ ਸੌਣ ਅੱਖਾਂ ਬੰਦ ਕਰ ਲੱਗਾ ਸੌਣ ਹਿੱਲੀ ਜਾਵੇ ਉਸਦੀ ਧੌਣ ਪਿੱਛੋਂ ਬਿੱਲੀ ਮਾਸੀ ਆਈ ਪਿੱਛੋਂ ਬਿੱਲੀ ਮਾਸੀ ਆਈ ਕਬੂ
ਪੁੱਛਣ ਫੜਨਗੇ ਚੁੱਪ ਚੁਪਾਈ ਫੜਨ ਲਈ ਉਸ ਮਾਰੀ ਤਾਰੀ ਕਬੂਤਰ ਉੱਡਿਆ ਮਾਰ ਉਤਾਰੀ ਕਬੂਤਰ ਉੱਡਿਆ ਮਾਰ ਉਤਾਰੀ ਬਿੱਲੀ ਮਾਸੀ ਡੋਡੋ ਬਿੱਲੀ ਮਾਸੀ ਡੋਡੋ ਬਿੱਲੀ ਮਾਸੀ ਡੋਡੋ ਬਿੱਲੀ ਮਾਸੀ ਡੋਡੋ ਕੀ
ਗੱਡੀ ਆਈ ਵੇ ਕੋਰੇ ਗੱਡੀ ਆਈ ਗੱਡੀ ਅਸੀਂ ਸਾਰਿਆਂ ਨੇ ਆਪ ਹੀ ਬਣਾਏ ਜਿਹਨੇ ਜਿੰਦੀ ਸਾਹ ਅਸੀਂ ਰਾਜੇ ਨੂੰ ਖੜਾਇਆ ਛੋਟੇ ਮੀਆਂ ਦਾ ਡੱਬਾ ਗਾੜੀਆਂ ਲਾਇਆ ਇਹ ਗੱਡੀ ਆਈ ਵੇ ਕੋਰੇ ਗੱਡੀ ਆਈ ਗੱਡੀ ਅਸੀਂ ਸਾਰਿਆਂ ਨੇ ਆਪ ਹੀ ਬਣਾਏ ਜਿਹਨੇ ਜਿੰਦੀ ਸਾਹ ਅਸੀਂ ਰਾਜੇ ਨੂੰ ਖੜਾਇਆ ਛੋਟੇ ਮੀਆਂ ਦਾ ਡੱਬਾ ਗਾੜੀਆਂ ਲਾਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਿਓ ਤੁਸੀਂ ਪੰਜਾਬੀ ਕਲਾਸ ਵਿੱਚ ਕੀ ਸਿੱਖਿਆ? ਸਾਨੂੰ ਪੰਜਾਬੀ ਵਿੱਚ ਬੋਲਣਾ ਚਾਹੀਦਾ ਹੈ। ਮੈਡਮ ਮੈਂ ਕਿਹਦੇ ਨਾਲ ਪੰਜਾਬੀ ਵਿੱਚ ਬੋਲਾਂ? ਮੇਰੇ ਘਰ ਤਾਂ ਸਾਰੇ ਅੰਗਰੇਜ਼ੀ ਵਿੱਚ ਬੋਲਦੇ। ਆਪਣੀ ਮੰਮੀ ਨਾਲ? ਪਰ ਮੇਰੀ ਮੰਮੀ ਇੰਗਲਿਸ਼ ਬੋਲਦੀ। ਸਾਡੀ ਮੰਮੀ ਇੰਗਲਿਸ਼ ਬੋਲਦੀ ਹੈ। ਕੋਈ ਗੱਲ ਨਹੀਂ, ਤੁਸੀਂ ਉਹਨਾਂ ਨੂੰ ਇੰਜ ਕਹਿਣਾ, ਸਾਡੇ ਬੱਚਿਆਂ ਨੇ ਇੱਕ ਛੋਟਾ ਜਿਹਾ ਨਾਟਕ ਪੇਸ਼ ਤਿਆਰ ਕੀਤਾ ਹੈ, ਜਿਹਦੇ ਵਿੱਚ ਅਸੀਂ ਇਹ ਦਿਖਾਇਆ ਹੈ ਕਿ ਬੱਚੇ ਇਕੱਲੇ ਹੀ ਜ਼ਿੰਮੇਵਾਰ ਨਹੀਂ ਹੈਗੇ ਇਸ ਚੀਜ਼ ਦੇ ਲਈ। ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਨ ਤੋਂ ਨਾ ਰੋਕਣ ਦੇ ਲਈ ਅਸੀਂ ਮਾਪੇ ਵੀ ਓਨੇ ਹੀ ਜ਼ਿੰਮੇਵਾਰ ਹਾਂ। ਇਹ ਸਾਡੀ ਵੀ ਓਨੀ ਜ਼ਿੰਮੇਵਾਰੀ ਹੈ ਜਿੰਨੀ ਬੱਚਿਆਂ ਦੀ, ਕਿ ਅਸੀਂ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰੀਏ। ਸਾਡੀ GCSE ਕਲਾਸ ਦੇ ਬੱਚੇ ਤੁਹਾਨੂੰ ਆਪਣੇ ਨਾਟਕ ਰਾਹੀਂ ਦਿਖਾਉਣਗੇ ਕਿ ਸੋਸ਼ਲ ਮੀਡੀਏ ਦੇ ਕੀ ਬੱਚਿਆਂ ਨੂੰ ਨੁਕਸਾਨ ਹੋ ਸਕਦੇ ਹਨ ਅਤੇ ਮਾਪਿਆਂ ਨੂੰ ਕੀ ਉਹਨਾਂ ਦਾ ਹਰਜ਼ਾਨਾ ਭੁਗਤਣਾ ਪੈ ਸਕਦਾ ਹੈ। ਸੋ ਜੇ ਬੱਚਿਆਂ ਕੋਲ ਕੋਈ ਨਾਟਕ ਕਰਦਿਆਂ ਗਲਤੀਆਂ ਹੋ ਜਾਣ ਤਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿਓ। ਇਹ ਬੱਚਿਆਂ ਨੇ ਐਕਟ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਅੱਧੀ ਕਲਾਸ 'ਚ ਪੜ੍ਹਾਈ ਕਰਨੀ ਅਤੇ ਅੱਧੀ ਕਲਾਸ ਇਹਨਾਂ ਨੇ ਪ੍ਰੈਕਟਿਸ ਕਰਕੇ ਇਹ ਤਿਆਰ ਕੀਤਾ ਹੈ। ਸੋ ਮੈਂ GCSE ਦੇ ਬੱਚਿਆਂ ਨੂੰ ਕਹੂੰਗੀ ਕਿ ਉੱਪਰ ਆ ਜਾਣ ਸਟੇਜ 'ਤੇ। ਇਹ ਬੱਚੇ ਸਕੂਲ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਪੜ੍ਹਾਈ ਕਰਨੀ ਪੈਂਦੀ ਹੈ ਅਤੇ ਨਾਲ ਪੰਜਾਬੀ ਕਲਾਸ ਵੀ ਆਉਂਦੇ ਸੀਗੇ, ਪਰ ਨਾਲ ਦੀ ਨਾਲ ਇਹਨਾਂ ਨੇ ਇਹ ਨਾਟਕ ਵੀ ਤਿਆਰ ਕੀਤਾ ਹੈ। ਸੋ ਮੈਂ ਇਹਨਾਂ ਬੱਚਿਆਂ ਨੂੰ ਬਹੁਤ ਸ਼ਾਬਾਸ਼ ਦਿੰਦੀ ਹਾਂ ਕਿ ਇਹਨਾਂ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇੰਨਾ ਸੋਹਣਾ ਨਾਟਕ ਤਿਆਰ ਕੀਤਾ ਹੈ। ਹਾਂਜੀ, ਸੋ ਮੈਂ ਪਲੀਜ਼ ਸਾਰਿਆਂ ਨੂੰ ਕਹਿੰਦੀ ਹਾਂ ਕਿ ਤੁਸੀਂ ਚੁੱਪ ਕਰ ਜਾਓ ਜਿਹੜੇ ਹੈਗੇ ਆ, ਫਿਰ ਤੁਹਾਡੇ ਬੱਚਿਆਂ ਦੇ ਕਈ ਵਾਰੀ ਮਾਈਕ ਨਹੀਂ ਠੀਕ ਹੁੰਦੇ ਅਤੇ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਠੀਕ ਤਰ੍ਹਾਂ ਨਹੀਂ ਪਹੁੰਚ ਸਕਦੀ। ਹਾਂਜੀ, ਹੁਣ ਅਸੀਂ ਇਹ ਨਾਟਕ ਸ਼ੁਰੂ ਕਰਦੇ ਹਾਂ। ਚੁੱਪ
ਕਿਹਾ ਮਾਂ ਪੇ ਕਿੱਥੇ ਕਿਸ ਤੋਂ ਮੇਰਾ ਨਾਮ ਗੁਰੂ ਹੈ, ਮੈਂ ਉਹ ਵੀ ਜਾਣਦਾ ਹਾਂ ਜੋ ਤੁਸੀਂ ਵੀ ਨਹੀਂ ਜਾਣਦੇ। ਮੈਂ ਇਸ ਦੁਨੀਆਂ ਦਾ ਬਾਦਸ਼ਾਹ ਹਾਂ, ਬਾਦਸ਼ਾਹ। ਇਸ ਨਾਚੀ ਨੂੰ ਟਿਕਟੋਕ ਕਹਿੰਦੇ ਹਨ। ਨੇਤਾ, ਅਭਿਨੇਤਾ, ਬੱਚੇ ਅਤੇ ਨੌਜਵਾਨ ਮੇਰੇ ਅੱਗੇ ਟੈਕਨੀ ਪਾਉਂਦੇ। ਮੈਂ ਇੰਸਟਾਗ੍ਰਾਮ ਹਾਂ, ਮੈਂ ਸਭ ਨੂੰ ਪਾਗਲ ਕੀਤਾ ਹੋਇਆ ਹੈ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ, ਉਸ ਨੂੰ, ਇਸ ਨੂੰ ਅਤੇ ਤੁਹਾਨੂੰ ਵੀ। ਤੁਸੀਂ ਮੈਨੂੰ ਸਾਰੇ ਟਵਿੱਟਰ ਦੇ ਨਾਮ ਨਾਲ ਜਾਣਦੇ ਹੋ। ਮੈਂ ਸਾਰੀ ਦੁਨੀਆ 'ਤੇ ਰਾਜ ਕਰ ਰਿਹਾ ਹਾਂ। ਇਸ ਦੁਨੀਆ ਦੀਆਂ ਸਭ ਤੋਂ ਭਿਆਨਕ ਲੜਾਈਆਂ ਮੇਰੇ ਕਰਕੇ ਹੋ ਰਹੀਆਂ ਹਨ। ਕੋਈ ਵੀ ਮੈਨੂੰ ਤੋਂ ਬਚ ਨਹੀਂ ਸਕਦਾ। ਤੁਸੀਂ ਵੀ ਇੱਕ ਵਾਰੀ ਟਵੀਟ ਕਰੋ, ਫਿਰ ਦੇਖੋ ਮੈਂ ਕੀ ਕਰ ਸਕਦਾ। ਮੈਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ। ਮੇਰੇ ਨਾਲ ਹੀ ਤਾਂ ਸਾਰਾ ਸੋਸ਼ਲ ਮੀਡੀਆ ਸ਼ੁਰੂ ਹੋਇਆ। ਉਹ ਦਿਨ ਦੂਰ ਨਹੀਂ ਜਿਸ ਦਿਨ ਤੁਹਾਡੇ ਇਹ ਦੁਨੀਆ ਮੇਰੇ ਸਾਰਿਆਂ 'ਤੇ ਨੱਚੇਗੀ। ਹਾ ਹਾ ਹਾ। ਅੱਜ ਤਾਂ ਮੈਂ ਫੇਸਬੁੱਕ ਵੀ ਨਹੀਂ ਚੈੱਕ ਕੀਤਾ, ਦੇਖਦੀ ਮੇਰੀ ਫੋਟੋ 'ਤੇ ਕਿੰਨੇ ਲਾਈਕ ਅਤੇ ਕਮੈਂਟ ਆਇਆ। ਹਾਂ ਸੱਚ, ਅੱਜ ਤਾਂ ਮੈਂ ਇੰਸਟਾਗ੍ਰਾਮ ਨਹੀਂ ਖੋਲ੍ਹਿਆ। ਐਪ ਤਾਂ ਮੇਰੀ ਫਰੈਂਡ ਮੈਨੂੰ ਸਨੈਪਚੈਟ 'ਤੇ ਟੈਕਸਟ ਮੈਸੇਜ ਕਰੀ ਜਾਂਦੀ ਆ। ਕੀ ਗੱਲ ਹੈ ਧੀਏ, ਸਾਰਾ ਦਿਨ ਫੋਨ ਦੇ ਉੱਪਰ ਲੱਗੀ ਰਹੀ, ਸਾਰਾ ਦਿਨ ਚੈਟਿੰਗ, ਕੋਈ ਹੋਰ ਕੰਮ ਨਹੀਂ ਕਰਦੀ। ਤੁਹਾਨੂੰ ਕੀ ਪਤਾ ਮਾਂ ਮੈਂ ਸਮਾਂ ਖਰਾਬ ਨਹੀਂ ਕਰਦੀ ਆ। ਤੁਹਾਨੂੰ ਕੀ ਪਤਾ ਕਮਰੇ ਵਿੱਚ ਬੈਠੇ ਆਪਾਂ ਪੂਰੀ ਦੁਨੀਆਂ ਨੂੰ ਮਿਲ ਸਕਦੇ ਹਾਂ। ਇਹ ਸਿਰਫ ਮੋਬਾਈਲ ਫੋਨ ਨਹੀਂ ਹੈ, ਇਹ ਪੂਰੀ ਦੁਨੀਆ ਤੱਕ ਪਹੁੰਚ ਕਰਨ ਦਾ ਦਰਵਾਜ਼ਾ ਹੈ। ਕਿਉਂ ਹੱਥ ਧੋ ਕੇ ਮੇਰੀ ਧੀ ਦੇ ਪਿੱਛੇ ਪਈ ਰਹਿੰਦੀ ਆ? ਇਹ ਕੁਛ ਵੀ ਨਹੀਂ ਗਲਤ ਕਰਦੀ, ਇਹ ਸਿਰਫ ਨਵੇਂ ਦੋਸਤ ਹੀ ਬਣਾ ਰਹੀ ਹੈ। ਕਰ ਲੈਂਦੇ ਜੋ ਵੀ ਕਰਦੀ, ਇਹਦੀ ਜ਼ਿੰਦਗੀ ਵਿੱਚ ਦਖਲ ਨਾ ਦੇ। ਇਹ ਮੇਰੀ ਧੀ ਆ, ਮੇਰੀ ਧੀ। ਠੀਕ ਆ, ਜੋ ਮਰਜ਼ੀ ਕਰੋ ਤੁਸੀਂ, ਕਿਉਂ ਤੁਸੀਂ ਕਿਹੜੀ ਮੇਰੀ ਗੱਲ ਸੁਣਨੀ ਆ। ਧੰਨਵਾਦ ਪਿਤਾ ਜੀ, ਤੁਸੀਂ ਬਹੁਤ ਚੰਗੇ ਹੋ। ਕਰ ਲਾ, ਪਹਿਲਾਂ ਕੀ ਕਰਦੀ ਸੀਗੀ, ਇਹਨੂੰ ਰਹਿੰਦੇ ਬੋਲੀ ਜਾਂਦੀ ਹੈ। ਮੇਰੀ ਔਨਲਾਈਨ ਦੋਸਤ ਮੇਰੀ ਉਡੀਕ ਕਰਦੀ ਹੋਊਗੀ। ਹਾਏ ਰੱਬਾ, ਮੇਰੀ ਔਨਲਾਈਨ ਆਈਡੀ ਹੈਕ ਹੋ ਗਈ, ਮੇਰਾ ਸਭ ਭਵਿੱਖ ਹੀ ਖਰਾਬ ਹੋ ਗਿਆ। ਹੁਣ ਪੂਰੀ ਦੁਨੀਆ ਨੂੰ ਮੇਰੀ ਜਾਣਕਾਰੀ ਦੇ ਬਾਰੇ ਪਤਾ, ਮੈਂ ਤਾਂ ਬਰਬਾਦ ਹੋ ਗਈ। ਬਰਬਾਦ ਬੇਸਮਝ ਕੁੜੀਏ, ਤੂੰ ਮੇਰੇ ਜਾਲ ਵਿੱਚ ਪੂਰੀ ਤਰ੍ਹਾਂ ਫਸ ਚੁੱਕਿਆ ਹੈ, ਹੁਣ ਕੋਈ ਤੇਰੀ ਸਹਾਇਤਾ ਨਹੀਂ ਕਰ ਸਕਦਾ। ਤੂੰ ਕੌਣ ਆ? ਮੈਂ ਕੌਣ ਆ ਇਹ ਜ਼ਰੂਰੀ ਨਹੀਂ, ਜ਼ਰੂਰੀ ਇਹ ਹੈ ਕਿ ਤੂੰ ਮੇਰੀ ਸ਼ਿਕਾਰ ਹੋ ਚੁੱਕੀ। ਕੀ ਗੱਲ ਹੈ ਧੀਏ, ਤੂੰ ਇੰਨੀ ਦਲੀਲ ਕਾਹਤੋਂ ਲੱਗਦੀ ਹੈ? ਕੁਛ ਨਹੀਂ ਮਾਂ, ਚੂਹਾ ਸੀਮੇ ਤੜ ਗਈ। ਤੂੰ ਮੈਨੂੰ ਦਰਾਂ ਹੀ ਦਿੱਤਾ, ਚੱਲ ਹੁਣ ਸੌ ਜਾ। ਤੁਸੀਂ ਚੱਲ ਜਾਓ, ਮੈਂ ਆਉਂਦੀ। ਮੈਂ ਤੁਹਾਨੂੰ ਬੇਨਤੀ ਕਰਦੀ, ਮੈਨੂੰ ਪਰੇਸ਼ਾਨ ਨਾ ਕਰੋ, ਰੱਬ ਦਾ ਵਾਸਤਾ ਹੈ ਤੁਹਾਨੂੰ। ਮੈਨੂੰ ਗਲਤੀਆਂ ਨਾਲ ਪਿਆਰ ਹੈ, ਜਦੋਂ ਕੋਈ ਗਲਤੀ ਕਰਦਾ ਮੈਂ ਉਸਨੂੰ ਮਾਫ਼ ਨਹੀਂ ਕਰਦਾ, ਬਲਕਿ ਉਸਨੂੰ ਬਰਬਾਦ ਕਰ ਦਿੰਦਾ ਹਾਂ। ਤੈਨੂੰ ਪਤਾ ਨਹੀਂ ਮੈਂ ਕੌਣ ਆ, ਮੇਰੇ ਪਿਤਾ ਜੀ ਕੌਣ ਆ? ਉਹ ਤੈਨੂੰ ਜੇਲ੍ਹ ਵਿੱਚ ਪਾ ਦੇਗਾ, ਫਿਰ ਤੂੰ ਜੇਲ੍ਹ ਵਿੱਚ ਸੜੂਗਾ। ਜੇ ਉਹ ਵੀ ਅਸੀਂ, ਸਾਡਾ ਕੋਈ
ਕੋਈ ਕੁਛ ਨਹੀਂ ਵਿਗਾੜ ਸਕਦਾ, ਮੁੜ ਕੋਈ ਤੇਰੀ ਜ਼ਿੰਦਗੀ ਖਤਮ। ਹਾ ਹਾ ਹਾ, ਜੋ ਕੁਛ ਵੀ ਕੀਤਾ ਹੈ ਉਹ ਤੂੰ ਕੀਤਾ ਹੈ, ਤੂੰ ਜ਼ਿੰਮੇਵਾਰ ਹੈ ਇਸ ਸਭ ਦੀ। ਹਾਏ ਰੱਬਾ, ਹੁਣ ਪਤਾ ਨਹੀਂ ਮੈਨੂੰ ਕੀ ਹੁੰਦਾ ਹੈ। ਧੀਏ ਕੀ ਹੋਇਆ, ਖਰੇ ਕੀ ਕਰਦੇ ਹੋ, ਡਾਕਟਰ ਨੂੰ ਬੁਲਾਓ। ਡਾਕਟਰ ਜੀ ਜਲਦੀ ਸਾਡੇ ਘਰ ਆਓ, ਪਤਾ ਨਹੀਂ ਮੇਰੀ ਧੀ ਨੂੰ ਕੀ ਹੋਇਆ, ਜਲਦੀ ਕਰੋ। ਤੁਹਾਡੇ ਲੱਖਾਂ ਹੀ ਫੇਸਬੁੱਕ ਫਰੈਂਡਸ ਹੋਣਗੇ, ਕੋਈ ਵੀ ਤੁਹਾਨੂੰ ਮੇਰੇ ਤੋਂ ਨਹੀਂ ਬਚਾ ਸਕਦਾ। ਦੇਖਿਆ ਇਹ ਸਭ ਫੋਨ ਦੇ ਕਰਕੇ ਹੋਇਆ, ਮੈਂ ਤਾਂ ਬਹੁਤ ਕਹਿੰਦੀ ਰਹਿੰਦੀ ਸੀ, ਤੁਸੀਂ ਇਹ ਕਹਿੰਦੇ ਸੀ ਕਿ ਨਵੇਂ ਜ਼ਮਾਨੇ ਦੀ ਕੁੜੀ ਹੈ। ਚੁੱਪ ਕਰ, ਫੋਨ ਕਰਕੇ ਕੁਛ ਨਹੀਂ ਹੋਇਆ। ਕਹਿੰਦੇ ਕਿਹਾ ਕਿ ਮੋਬਾਈਲ ਕਰਕੇ ਕੁਛ ਨਹੀਂ ਹੋਇਆ, ਅੱਜ ਕੱਲ੍ਹ ਬਹੁਤ ਸਾਰੇ ਬੱਚੇ ਮੋਬਾਈਲ ਦੇ ਆਦੀ ਹੋ ਚੁੱਕੇ ਹਨ, ਉਹਨਾਂ ਦੇ ਨਾਲ ਬਹੁਤ ਕੁਛ ਗਲਤ ਹੋ ਰਿਹਾ ਹੈ, ਬੱਚੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮੈਂ ਤਾਂ ਬਹੁਤ ਕਹਿੰਦੀ ਰਹਿੰਦੀ ਸੀ, ਪਰ ਇਹ ਪਿਓਤੀ ਮੇਰੀ ਇਹ ਗੱਲ ਮੰਨਦੇ ਨਹੀਂ ਸੀ। ਮੇਰੀ ਧੀ ਕੋਈ ਹੋਰ ਖੇਤ ਨਹੀਂ ਖੇਤੀ, ਹਾਏ ਰੱਬਾ ਮੇਰੀ ਧੀ ਨੂੰ ਠੀਕ ਕਰ ਦਿਓ। ਦੇਖੋ ਘਬਰਾਉਣ ਦੀ ਕੋਈ ਲੋੜ ਨਹੀਂ, ਸਭ ਠੀਕ ਹੋ ਜਾਵੇਗਾ। ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਨ ਲਈ ਤੁਹਾਡੀ ਧੀ ਦੀ ਇਹ ਹਾਲਤ ਹੋਈ ਹੈ, ਹੁਣ ਇਸ ਨੂੰ ਤੁਹਾਡੀ ਮਦਦ ਦੀ ਲੋੜ ਹੈ। ਤੁਸੀਂ ਇਸ ਨੂੰ ਆਪਣੀ ਧੀ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਓ, ਬਾਹਰ ਜਾਂਦੀ ਹੋਰ ਖੇਡਾਂ ਖੇਡਣ ਦੀ ਪ੍ਰੇਰਿਤ ਕਰੋ, ਇਸ ਨਾਲ ਗੱਲਾਂ ਕਰੋ, ਜਲਦੀ ਹੀ ਸਭ ਠੀਕ ਹੋ ਜਾਵੇਗਾ। ਧੰਨਵਾਦ ਡਾਕਟਰ ਜੀ, ਸਤਿ ਸ਼੍ਰੀ ਅਕਾਲ, ਮੈਂ ਚੱਲਦਾ ਹਾਂ। ਸਾਨੂੰ ਨਹੀਂ ਸੀ ਪਤਾ ਸੀ, ਆਪਣੀ ਲਾਪਰਵਾਹੀ ਕਰਕੇ ਮੇਰੀ ਪਿਆਰੀ ਬੱਚੀ ਇਸ ਹਾਲਤ ਵਿੱਚ ਹੋਈ। ਡਾਕਟਰ ਜੀ ਕਹਿ ਰਿਹਾ ਸੀ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਕੇ ਮੇਰੀ ਧੀ ਬਿਮਾਰ ਹੋ ਗਈ। ਤੁਸੀਂ ਫਿਕਰ ਨਾ ਕਰੋ, ਸਭ ਠੀਕ ਹੋ ਜਾਵੇਗਾ, ਮੈਂ ਉਸ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਵਾਂਗੀ ਅਤੇ ਉਸ ਨਾਲ ਵੱਧ ਤੋਂ ਵੱਧ ਮਦਦ ਕਰਾਂਗੀ ਤਾਂ ਕਿ ਜੋ ਉਹ ਜਲਦੀ ਠੀਕ ਹੋ ਜਾਵੇ। ਉਹ ਕਿੱਥੇ ਆ? ਉਹ ਆਪਣੇ ਕਮਰੇ ਵਿੱਚ ਹੋਣੀ ਹੈ, ਦੇਖ ਲਈ। ਠੀਕ ਹੈ। ਤੂੰ ਫਿਕਰ ਨਾ ਕਰ, ਸਭ ਠੀਕ ਹੋ ਜਾਵੇਗਾ, ਤੂੰ ਮੇਰੇ ਨਾਲ ਹਰ ਦੁੱਖ ਸੁੱਖ ਕਰ ਸਕਦੀ ਹਾਂ। ਚੱਲ ਅਸੀਂ ਇੱਕ ਵਾਅਦਾ ਕਰੀਏ, ਅਸੀਂ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਾਂਗੀਆਂ, ਅਸੀਂ ਆਪਣੇ ਸਮਾਂ ਦੀ ਕਦਰ ਕਰਾਂਗੇ ਅਤੇ ਜਿਹੜੇ ਹੋਰ ਸੋਸ਼ਲ ਮੀਡੀਆ ਦੇ ਆਦੀ ਹੋ ਚੁੱਕੇ ਹਨ ਉਹਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਾਂਗੀਆਂ। ਮਾਪਿਆਂ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦਿਓ, ਕਦਾ ਥੋੜ੍ਹਾ ਜਿਹਾ ਸਮਾਂ ਬੱਚਿਆਂ ਨੂੰ ਸਿੱਧੇ ਰਾਹ ਵਿੱਚ ਪਾ ਸਕਦਾ ਹੈ। ਧੰਨਵਾਦ।
ਬਾਰਿਸ਼ ਬਾਰਿਸ਼ ਟੁਰ ਜਾਵੇ ਕਿਸੇ ਹੋਰ ਦਿਨ ਨੂੰ ਆਵੇ ਆਸਾ ਰਚ ਕੇ ਆਸ਼ੇ ਖੇਡਣਾ ਤੂੰ ਸਾਨੂੰ ਮੋੜ ਨਾ ਸਾਵੇ ਜੇ ਆਉਣਾ ਹੈ ਤਾਂ ਉਮੜ ਕੇ ਆ ਸਾਡੇ ਤਨ ਮਨ ਨੂੰ ਸਰਸ਼ਾਰ ਕਰ ਜਾ ਪਰਨਾਵੇ ਨਾਲਿਆਂ ਦੇ ਗਲੀਆਂ ਪਰ ਜਾ ਆਸਾ ਰਚ ਕੇ ਫਿਰ ਖੇਡਾਂਗੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਹੁਣ ਸਾਰਿਆਂ ਨੇ ਪ੍ਰੀ ਜੀ ਸੀ ਐਸੀ ਕਲਾਸ ਦਾ ਐਕਟ ਦੇਖਿਆ ਜਿਹਦੇ ਵਿੱਚ ਜਿੱਦਾਂ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਲੋਚਨਵੀਰ ਜੀ ਨੇ ਉਹ ਸਾਡੀ ਬਹੁਤ ਮਦਦ ਕੀਤੀ ਤੇ ਇਹ ਬੱਚੇ ਵੀ ਲਾਈਕ ਤੁਸੀਂ ਕਹਿ ਸਕਦੇ ਹੋ ਕਿ 5-6 ਹਫ਼ਤਿਆਂ ਦੇ ਵਿੱਚ ਜਿਹਦੇ ਵਿੱਚ ਅਸੀਂ ਅੱਧਾ ਟਾਈਮ ਪੜ੍ਹਾਈ ਕਰਦੇ ਸੀਗੇ ਤੇ ਅੱਧਾ ਟਾਈਮ ਇਹਨਾਂ ਨੂੰ ਪ੍ਰੈਕਟਿਸ ਲਈ ਦਿੱਤਾ ਜਾਂਦਾ ਸੀਗਾ ਤੇ ਇਹਦੇ ਵਿੱਚ ਫਿਰ ਵੀ ਅਸੀਂ ਕਵਾਂਗੇ ਕਿ ਬੱਚਿਆਂ ਨੇ ਬਹੁਤ ਚੰਗੀ ਤਰ੍ਹਾਂ ਆਪਣਾ ਰੋਲ ਨਿਭਾਇਆ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਚਿੜੀ ਦੇ ਰੋਲ ਦੇ ਵਿੱਚ ਸੀਗੀ ਮਾਹੀ ਤੇ ਆਪਣਾ ਥਾਣੇਦਾਰ ਦੇ ਰੋਲ ਦੇ ਵਿੱਚ ਸੀ ਗੁਰਸੀਸ ਹੌਲਦਾਰ ਦੇ ਰੋਲ ਦੇ ਵਿੱਚ ਸੀਗੇ ਏਕ ਰੂਪ ਦੇਨ ਕਾਂ ਦਾ ਰੋਲ ਨਿਭਾਇਆ ਹੈਗਾ ਸਹਿਜ ਜੀ ਨੌਜਵਾਨ ਦੇ ਰੋਲ ਦੇ ਵਿੱਚ ਸੀਗੇ ਅਨਮੋਲ ਤੇ ਆਪਣੇ ਮੰਤਰੀ ਜੀ ਸਨ ਕਾਇਲ